ਪੰਜਾਬ ਭਰ ਵਿੱਚ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਹੁਣ ਸਿਆਸੀ ਪ੍ਰਚਾਰ ਹੋਰ ਵੀ ਤੇਜ਼ ਹੋ ਚੁੱਕਿਆ ਹੈ ਅਤੇ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਵੀ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਐਲਾਨ ਦਿੱਤੇ ਗਏ ਨੇ। ਜੇਕਰ ਗੱਲ ਕੀਤੀ ਜਾਵੇ ਬਰਨਾਲਾ ਦੀ ਤਾਂ ਇੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੀ ਜਿੱਤ ਦਾ ਦਾਅਵਾ ਠੋਕਿਆ। ਦੋਵੇਂ ਉਮੀਦਵਾਰ ਆਪਣੇ ਇਲਾਕੇ ਵਿੱਚ ਵਿਕਾਸ ਕਾਰਜ ਦੇ ਮੁੱਦੇ ਹੇਠ ਵੋਟਰਾਂ ਨੂੰ ਲੁਭਾਉਣ ਦੇ ਵਿੱਚ ਜੁਟੇ ਨਜ਼ਰ ਆਏ। ਇਸ ਦੇ ਨਾਲ ਹੀ ADC ਬਰਨਾਲਾ ਨੇ ਵੀ ਉਮੀਦਵਾਰਾਂ ਨੂੰ ਚੋਣ ਨਿਯਮਾਂ ਦੀ ਉਲੰਘਣਾ ਨਾ ਕਰਨ ਦੀ ਨਸੀਹਤ ਦਿੱਤੀ ਹੈ। ਮੇਰਾ ਨਾਮ ਅਰਜਿੰਦਰ ਸਿੰਘ, ਪਿੰਡ ਸੇਖੇ ਤੋਂ ਬਲਾਕ ਸੰਮਤੀ ਇਲੈਕਸ਼ਨ ਲੜ ਰਹੇ ਹਾਂ। ਸੇਖੇ ਤੋਂ ਇਲੈਕਸ਼ਨ ਲੜ ਰਹੇ ਹਾਂ ਆਮ ਆਦਮੀ ਪਾਰਟੀ ਤੋਂ। ਮੁੱਦੇ ਸਾਡੇ ਕਿਆ, ਪਿੰਡ ਦੇ ਪਹਿਲੇ ਹੈਲਥ ਲੈਣ ਤੋਂ ਹਸਪਤਾਲ ਦਾ ਜ਼ਰੂਰੀ ਬਹੁਤ ਸਮੱਸਿਆ ਆ ਰਹੀ ਹੈ ਸਾਨੂੰ ਹਸਪਤਾਲਾਂ 'ਚ ਵੀ, ਕੋਈ ਸਾਡੇ ਦਵਾਈ ਨਹੀਂ ਮਿਲ ਰਹੀ ਹੈ। ਸਰਕਾਰ ਕਹਿੰਦੇ ਫ੍ਰੀ ਆ, ਪਹਿਲਾਂ ਬਾਦਲ ਵੀ ਕਹਿੰਦੇ ਰਹੇ ਹਸਪਤਾਲਾਂ 'ਚ ਫ੍ਰੀ ਦਵਾਈ, ਕੈਪਟਨ ਵੀ ਕਹਿ ਰਿਹਾ ਕੋਈ ਦਵਾਈ ਨਹੀਂ ਮਿਲ ਰਹੀ। ਸਕੂਲ ਦੇ ਵਿੱਚ ਟੀਚਰ ਨਹੀਂ ਹੈਗੇ ਸਾਡੇ ਟੀਚਰਾਂ, ਇਹ ਮੁੱਦਾ ਸਾਡਾ ਮੇਨ ਹਸਪਤਾਲ ਦੇ ਸਕੂਲ ਦਾ ਹੋਊਗਾ। ਮੁਕਾਬਲਾ ਤਾਂ ਸਾਡੇ ਅਕਾਲੀ ਦਲ ਤਾਂ ਤੀਜੇ ਨੰਬਰ 'ਤੇ ਆ, ਉਹਨੇ ਗੁਰੂ ਮਹਾਰਾਜ ਦੀ ਬੇਇੱਜ਼ਤੀ ਕਰਾਈ, ਉਹਨਾਂ ਨੇ ਬਹੁਤ ਪੰਨੇ ਰੋਲੇ ਆ ਮਹਾਰਾਜ ਦੇ, ਗੁਰੂ ਗ੍ਰੰਥ ਸਾਹਿਬ ਦੇ। ਅਕਾਲੀ ਦਾ ਤੀਜੇ ਨੰਬਰ 'ਤੇ ਆ, ਕਾਂਗਰਸ ਦੂਜੇ ਨੰਬਰ 'ਤੇ ਜਾਊਗੀ। ਮੈਂ ਬਲਾਕ ਸੰਮਤੀ ਦੀ ਇਲੈਕਸ਼ਨ ਲੜ ਰਿਹਾ ਜੀ, ਜੋਨ ਨਾਈਵਾਲ ਤੋਂ, ਕਾਂਗਰਸ ਪਾਰਟੀ। ਲੋਕ ਭਲਾਈ ਵਿਕਾਸ ਕਾਰਜ ਕਰਾਂਗੇ ਜੀ, ਜਿਹੜੇ ਲੋਕਾਂ ਦੇ ਅਧੂਰੇ ਕੰਮ ਕਾਰ ਬੱਚੇ ਅਕਾਲੀਆਂ ਵੇਲੇ ਦੇ ਰਹਿੰਦੇ ਨੇ, ਪੈਨਸ਼ਨਾਂ ਦਾ ਹੋ ਗਿਆ ਜੀ, ਜਿੱਦਾਂ ਵੀ ਕੋਈ ਵਿਕਾਸ, ਸਾਰੇ ਵਿਕਾਸ ਕਰਾਂਗੇ ਜੀ। ਨਸ਼ਿਆਂ ਖਿਲਾਫ਼ ਜੀ, ਮੈਂ ਗੁਰਸਿੱਖ ਹਾਂ ਜੀ, ਮੈਂ ਨਸ਼ਿਆਂ ਖਿਲਾਫ਼ ਹੀ ਜ਼ਿਆਦਾ ਆਪਣਾ ਮੁਹਿੰਮ ਚਲਾਉਂਗਾ। ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਜੀ ਲੋਕਾਂ ਦਾ, ਉਤਸ਼ਾਹ ਅਕਾਲੀ ਦਲ ਦੇ। ਇਸ ਟਾਈਮ ਲੋਕ ਬਿਲਕੁਲ ਖਿਲਾਫ਼ ਨੇ, ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਇਹਨਾਂ ਨੇ ਕਰਵਾਈ ਹੈ, ਲੋਕ ਇਹਨਾਂ ਨੂੰ ਮੂੰਹ ਨਹੀਂ ਲਾ ਰਹੇ ਜੀ। ਪੂਰੇ ਜ਼ਿਲ੍ਹੇ ਦੇ ਵਿੱਚ ਜੀ ਟੋਟਲ 264 ਜਿਹੜੇ ਨੋਮੀਨੇਸ਼ਨ ਪੇਪਰ ਆਏ ਸੀ ਸਾਡੇ ਕੋਲ, ਉਹਨਾਂ ਵਿੱਚ ਕੱਲ੍ਹ ਸਕਰੂਟਨੀ ਸੀ, ਜਿਨ੍ਹਾਂ ਦੇ ਵਿੱਚੋਂ 3 ਪੇਪਰ ਰਿਜੈਕਟ ਹੋਏ ਨੇ। ਕੱਲ੍ਹ 261 ਰਹਿ ਗਈ ਸੀ, ਔਰ ਅੱਜ ਵਿਦਡਰਾਲ ਦੇ ਵਿੱਚ 84 ਦੀ ਵਿਦਡਰਾਲ ਹੋ ਗਈ ਹੈ ਅਤੇ ਬਾਕੀ ਸਾਡੇ ਕੋਲ 177 ਰਹਿ ਗਏ ਨੇ। ਕੈਂਡੀਡੇਟਸ ਨੂੰ ਮਾਡਲ ਕੋਡ ਆਫ ਕੰਡਕਟ ਦੀ ਜਿਹੜੀ ਪਾਲਣਾ ਕਰਨ ਵਾਸਤੇ ਹਦਾਇਤਾਂ ਦਿੱਤੀਆਂ ਗਈਆਂ ਨੇ, ਅਤੇ ਨਾਲ ਇਹਨਾਂ ਨੂੰ ਜੋ ਜੋ ਇੰਸਟਰਕਸ਼ਨਜ਼ ਹੈਗੀਆਂ ਵੀ ਕਦੋਂ ਤੱਕ ਪ੍ਰਚਾਰ ਕਰਨਾ, ਜਿੱਦਾਂ 17 ਦੀ ਸ਼ਾਮ ਦੇ 4 ਵਜੇ ਤੱਕ ਇਹ ਆਪਣੀਆਂ ਮੀਟਿੰਗਾਂ ਜਾਂ ਕਨਵੈਸਿੰਗ ਕਰ ਸਕਦੇ ਨੇ, ਉਸ ਤੋਂ ਬਾਅਦ ਪਬਲਿਕ ਮੀਟਿੰਗ ਨਹੀਂ ਕਰਨਗੇ, ਕੋਈ ਪ੍ਰੋਪੋਗੰਡਾ ਨਹੀਂ ਕਰਨਗੇ, ਜਾਂ ਜਿੱਥੇ ਵੀ ਕਿਤੇ ਲਾਊਡ ਸਪੀਕਰ ਦੀ ਵਰਤੋਂ ਕਰਨੀ ਹੈ ਤਾਂ ਉਹ STM ਸਾਹਿਬ ਤੋਂ ਪਰਮਿਸ਼ਨ ਲੈ ਕੇ ਵਰਤੋਂ ਕਰਨਗੇ। ਇਸੇ ਤਰ੍ਹਾਂ ਇਹ ਕਿਸੇ ਪ੍ਰਾਈਵੇਟ ਪ੍ਰੋਪਰਟੀ ਦੇ ਉੱਤੇ ਆਪਣੇ ਪੈਂਫਲੇਟਸ ਜਾਂ ਬੈਨਰਸ ਵਗੈਰਾ ਨਹੀਂ ਲਾ ਸਕਦੇ, ਉਹਦੇ ਓਨਰ ਦੀ ਪਰਮਿਸ਼ਨ ਤੋਂ। ਖਰਚੇ ਦੀਆਂ ਲਿਮੀਟੇਸ਼ਨਜ਼ ਹੈਗੀਆਂ ਜੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਵਾਸਤੇ 1,90,000 ਹੈਗੀ ਅਤੇ ਪੰਚਾਇਤ ਸੰਮਤੀ ਵਾਸਤੇ 80,000 ਹੈ।